ਸਸਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਗਾਇਸ। ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ, ਆਪਾਂ ਵੀ ਪੂਰੇ ਘੈਂਟ ਆ। ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰਨ ਲੱਗੇ ਆ ਤੇ ਅੱਜ ਫੇਰ ਆਪਣੀ ਕਲੂਜ਼ ਦੇ ਵਿੱਚ ਇੱਕ ਹੋਰ ਪ੍ਰੋਬਲਮ ਪੈ ਗਈ ਆ। ਤੁਸੀਂ ਪਿਛਲਾ ਵਲੌਗ ਦੇਖਿਆ ਵੀ ਆਪਾਂ ਤਾਂ ਸਟੇਰਿੰਗ ਦਾ ਕੰਮ ਸਾਰਾ ਕਰਵਾ ਕੇ ਲਿਆ ਕੇ ਆਏ ਸੀ ਤੇ ਕੱਲ ਮੈਂ ਗੱਡੀ ਸਟਾਰਟ ਕੀਤੀ ਤੇ ਉਹ ਅੱਗੋਂ ਇੰਜਨ ਵਾਲੀ ਬੈਲਟ ਜਿਹੜੀ ਉਹ ਬਹੁਤ ਜ਼ਿਆਦਾ ਹੀ ਆਵਾਜ਼ ਕਰਨ ਲੱਗੀ ਸੀ। ਮੈਨੂੰ ਤਾਂ ਜਿਹੜੀ ਬੈਲਟ ਆ ਉਹ ਸਾਰੀ ਵੱਢੀ ਗਈ ਆ ਅਤੇ ਹੁਣ ਮੈਂ ਵੀ ਪਤਾ ਨਹੀਂ, ਹੁਣ ਚੱਲਿਆ ਮਕੈਨਿਕ ਵੱਲ ਜਾ ਕੇ ਵੇਖਦੇ ਹਾਂ ਵੀ ਬੈਲਟ ਚੇਂਜ ਹੋਊਗੀ ਜਾਂ ਬੈਲਟ ਕਿਉਂ ਵੱਢੀ ਗਈ ਆ। ਜਦੋਂ ਦੀ ਗੱਡੀ ਚਿੱਕੜ ਵਿੱਚ ਵਾੜੀ ਉਦੋਂ ਦੀ ਪ੍ਰੋਬਲਮ 'ਤੇ ਪ੍ਰੋਬਲਮ ਪੈ ਰਹੀ ਹਾਂ। ਤੁਹਾਨੂੰ ਮੈਂ ਦਿਖਾਉਂਦਾ ਵਾ ਜੋ ਵੀ ਬੈਲਟ ਕਿਵੇਂ ਆਵਾਜ਼ ਦੇ ਰਹੀ ਅਤੇ ਕੀ ਚੱਕਰ ਹੋਇਆ। ਆ ਦੇਖੋ ਨਹੀਂ ਆਵਾਜ਼ ਸੁਣ ਸਕਦੇ ਕਿੰਨੀ ਜ਼ਿਆਦਾ ਆ ਰਹੀ ਹੈ। ਸਾਰੀ ਬੈਲਟ ਇੱਕ ਸਾਈਡ ਤੋਂ ਵੱਢੀ ਗਈ। ਘਰੋਂ ਆਪਾਂ ਨਿਕਲ ਗਏ, ਹੁਣ ਅੰਮ੍ਰਿਤਸਰ ਜਾਣਾ ਪੈਂਦਾ, ਕਿਤੇ ਕਰੂਜ਼ ਦਾ ਕੰਮ ਵੀ ਖਿਮਣਾ ਨਹੀਂ ਹੁੰਦਾ। ਮਾੜਾ ਮਿਸਤਰੀ ਨੂੰ ਹੱਥ ਵੀ ਨਹੀਂ ਪਾ ਸਕਦਾ ਕੋਈ, ਨਾ ਪਾਉਂਦਾ ਹੀ ਆ, ਨਾ ਕੋਈ ਭਿੱਖਣ ਜਿੱਡਾ ਮਕੈਨਿਕ ਹੈਗਾ ਹੀ ਆ। ਵਾਹਿਗੁਰੂ, ਮੇਲਾ ਵੀ ਆ ਰਿਹਾ ਪਿੰਡ ਆਪਣੇ ਥੋੜ੍ਹੇ ਦਿਨਾਂ ਤੱਕ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਵੈਲਕਮ ਟੂ ਸਾਡੇ ਵਲੌਗ 'ਚ। ਤੁਹਾਨੂੰ ਭਾਗ ਸਾਡੇ ਅੱਜ ਸਾਡੇ ਵਲੌਗ ਸ਼ੇਰੇ ਭਾਅ ਜੀ ਨਹੀਂ ਆ ਗਏ, ਹੁਣ ਜੈ ਜੈ ਕਾਰਾਂ ਹੋਣੀਆਂ। ਕਿਉਂ ਸ਼ੇਰਿਆ, ਕੰਮ ਹੀ ਪਾਣੀ ਵਧੀਆ ਵਧੀਆ, ਕਿਰਪਾ ਕਰਪਾ, ਇੱਦਾਂ ਕੰਮ ਧੰਦੇ ਗਾ, ਗੱਡੀ ਕਰੂਜ਼ ਲੈ ਬੈਠੇ ਸ਼ੇਰਿਆ, ਹੁਣ ਹੁਣ ਭੁਗਤਣੀਆਂ ਪੈਣੀਆਂ ਭਰਾਵਾ, ਬੈਲਟ ਦਾ ਕੰਮ ਹੋ ਗਿਆ। ਵੜ ਵੜ ਕੇ ਗੱਛੋਂ ਨੂੰ ਵੇਚਣੀ ਬਣੀ ਇਸ ਤਰ੍ਹਾਂ ਸਾਡੇ ਪਿੰਡ ਹੈਗਾ ਇਹ ਵੇਲੋ ਕਰਦਾ। ਅੰਮ੍ਰਿਤਸਰ ਮੈਂ ਸਵਾਗਤ ਹੈ ਤੇ ਹੁਣ ਆਪਾਂ ਨੇ ਇੱਕ ਕੰਮ ਪਹਿਲਾਂ ਪੁਤਲੀ ਘਰ ਜਾਣਾ, ਉੱਥੇ ਨਿੱਕਾ ਜਿਹਾ ਤੇ ਫਿਰ ਪਲਾਨ ਬਣਿਆ ਸਾਡਾ ਉਹ ਵੀ ਦੇਖਣ ਦਾ। ਤੇ ਬੈਲਟ ਆਪਾਂ ਚੱਲ ਆਉਣ ਲੱਗਾ ਪਵਾਂਗੇ, ਨਵੀਂ ਪਾਉਣੀ ਪੈਣੀ, ਉਹ ਤੋਂ ਬਾਏ ਕਰਕੇ ਤੇ ਆਪਾਂ ਪਵਾ ਕੇ ਲੈ ਹੋਣੀ, ਖਰਚਾ ਪੈ ਗਿਆ ਨਜਾਇਜ਼। ਜਾਇਜ਼ ਹੀ ਪਿਆ ਨਾ ਮੇਰਾ ਸ਼ੇਰ, ਕੀ ਕਹਿੰਦੇ ਜਾਂਦਾ ਟ੍ਰੈਫਿਕ ਬਾਰੇ, ਪੁਤਲੀ ਘਰ ਆ ਜਾਓ ਤੇ ਆਹ ਕੁਝ ਇੱਥੇ ਸੈਂਡਵਿਚ ਨਾਲ ਕੋਗੀ ਇਹੋ ਮਿਲਿਆ, ਹੋਰ ਤਾਂ ਕੁਛ ਆਏ ਨਹੀਂ ਲੱਗੇ, ਕੁਲਚਾ ਕਲਚਾ ਖਾਣਾ ਹੈਗਾ ਨਹੀਂ ਆ। ਇਹ ਤਾਂ ਆਪਾਂ ਨਿੱਕਾ ਕੰਮ ਕਰਕੇ ਫਿਰ ਆਪਾਂ ਸਿੱਧਾ ਹੀ ਫ੍ਰੀ ਹਾਂ, ਫਿਰ ਵੇਖਦੇ ਕਿਤੇ ਕੀ ਪਲਾਨ ਆ। ਆਹ ਮਿਲ ਗਈ ਰੇੜੀ ਆਪਾਂ ਨੂੰ, ਕ੍ਰਿਸ਼ਨਾ ਦਹੀਂ ਭੱਲੇ, ਸ਼ਾਹ ਬਣਾ ਵਧੀਆ ਘੈਂਟ ਜੀ ਕਰਕੇ ਕਰਾਂ, ਬਹੁਤ ਟੇਸਟੀ ਸੀ ਰਿਹਾ, ਵਧੀਆ ਨਾ, ਬਹੁਤ ਕੰਮ ਘੈਂਟ ਆ ਆਪਾਂ ਫ੍ਰੀ ਵਾਲਾ, ਬੰਦੇ ਦੀ ਵੇਟ ਕਰਨੀ ਆ ਗਏ ਕੀ ਜਾਂਦਾ ਆਉਂਦਿਆ, ਸ਼ੁਕਰ ਸ਼ੁਕਰ ਆ। ਹੁਣ ਚੱਲੇ ਆਪਾਂ ਲਿਬਰਟੀ ਏਅਰਪੋਰਟ ਸੇਲ ਕਰਦੇ ਲੱਗੇ ਹਾਂ ਆਪਾਂ, ਏਅਰਪੋਰਟ 3 ਬਿਲਕੁਲ ਬੇਕਾਰ ਆ, ਕਿ ਕੰਫਰਟੇਬਲ ਨਹੀਂ ਹੈਗੇ ਬਿਲਕੁਲ ਵੀ, ਸਿਰ ਦਰਦ ਲਾ ਦਿੰਦੇ ਆ। ਆਪਾਂ ਲੈਣੇ ਆ ਏਅਰਪੋਰਟ 2nd ਜਨਰੇਸ਼ਨ, ਉਹ ਸਭ ਤੋਂ ਬੈਸਟ ਏਅਰਪੋਰਟ ਆ, ਹੁਣ ਦੇਖਦੇ ਹਾਂ ਕਿੰਨਾ ਮੁੱਲ ਮਿਲਦਾ ਇਹਨਾਂ ਦਾ, ਲੈ ਤੇ 15-16 ਹਜ਼ਾਰ ਦੇ ਵੇਖੋ। ਤੇ ਆਪਾਂ ਏਅਰਪੋਰਟ ਸੇਲ ਕਰਦੇ ਆ, ਆਪਣਾ ਮਿਲਿਆ ਵਾ 12,500 ਰੁਪਈਆ, 12,500, 2,500 ਰੁਪਏ ਘਾਟਾ ਪੈ ਗਿਆ। ਚਲੋ ਕੋਈ ਨਹੀਂ, ਇੰਨਾ ਘਾਟਾ ਚੱਲਦਾ, ਪਰ ਹੈਗੇ ਕਿਸੇ ਕੰਮ ਦਿਨ ਬੇਕਾਰ ਆ। ਅਤੇ ਇੱਧਰ ਦੇਖੋ ਤੁਸੀਂ ਕੀ ਬਣਦੇ ਆ, ਕਿਆ ਬਾਤ ਆ, ਬੈਲਟ ਸਾਡੀ ਗੱਡੀ ਦੀ ਬਹੁਤ ਜ਼ਿਆਦਾ ਆਵਾਜ਼ ਦੇ ਰਹੀ, ਬਹੁਤ ਹੀ ਜ਼ਿਆਦਾ, ਹੁਣ ਤੁਹਾਨੂੰ ਸੁਣਦੀ ਨਹੀਂ ਵਿੱਚ, ਪਰ ਉਹ ਹੁਣ ਚੇਂਜ ਕਰਵਾਉਣੀ, ਉਹ ਤੋਂ ਪਹਿਲਾਂ ਜੇ ਟੁੱਟ ਜੇ ਕੰਮ ਖਰਾਬ ਹੋਊ। ਚਿੱਕੜ 'ਚ ਫੜਨੀ ਗੱਡੀ, ਬੈਲਟ ਲੈ ਲਈ ਹੁਣ ਪਵਾ ਲਈ ਇਹਨੂੰ, ਬਹੁਤਾ ਜ਼ਿਆਦਾ ਗੰਦ ਜਾਂ ਅੰਮ੍ਰਿਤਸਰ ਆ ਗਏ ਨਾ, ਸਭ ਤੋਂ ਜ਼ਿਆਦਾ ਗੰਦ ਆ ਜਿਹੜਾ ਯਾਰ, ਆਹ ਫਾੜਕਾਂ ਫੂੜਕਾਂ ਦਾ ਦੇ ਆ ਗਿਆ ਭਾਅ ਜੀ ਹੁਣਾਂ ਨੂੰ। ਭਾਅ ਜੀ ਕਰ ਦਿਓ ਬੈਲਟ ਚੇਂਜ, ਸਾਨੂੰ ਬੜਾ ਸਤਾਇਆ ਗੱਡੀ ਨੇ, ਕਰੋ ਯਾਰ ਜੋ ਹੁੰਦਾ ਆ। ਸੂਤਰ ਹੋਣਾ ਗੱਡੀ ਕਿ ਨਹੀਂ ਹੋਣਾ,
चलो हौसला रखो वीरा, हौसला रखो। बाबा की खोलता लगा है इधर बेल्ट दाल लगनी है। बेल्ट दी रही गोपे इधर बटन का कारण यार पता वाह कम ਵਾਹ ਕਪਾ ਬਾਬਾ ਜਾਦਾ ਬੈਲਟ ਆਈ ਆ ਬਾਬਾ ਹੈ ਬਾਬਾ ਗੁੱਡ ਓਕੇ ਹੁਣ ਤਰ੍ਹਾਂ ਵੱਡੂਗੀ ਠੀਕ ਹੈ ਲਓ ਜੀ ਡਨ ਹੋ ਗਈ ਥੈਂਕ ਯੂ ਬਾਬਾ ਅੱਜ ਦਾ ਵਲੋਗ ਕਰਦੇ ਹਾਂ ਇੱਥੇ ਖਤਮ ਬੈਲਟ ਦਾ ਕੰਮ ਆਪਾਂ ਕਰਾ ਲੈਂਦਾ ਬੈਲਟ ਪੂਰੀ ਤੁਹਾਨੂੰ ਤੁਸੀਂ ਵੇਖਿਆ ਵਲੋਗ ਸਾਰੀ ਖਤਮ ਹੋ ਗਈ ਬਿਲਕੁਲ ਵੀ ਅਤੇ ਉਹ ਜਿਹੜਾ ਪੰਪ ਆਪਾਂ ਕਰਵਾਇਆ ਸੀ ਉਹ ਪੰਪ ਦੀ ਜਿਹੜੀ ਹੁੰਦੀ ਆ ਪੁਲੀ ਹੁੰਦੀ ਅਤੇ ਬੈਲਟ ਘੁੰਮਦੀ ਆ ਉਹ ਥੋੜ੍ਹੀ ਢਿੱਲੀ ਉਹਦੀ ਆਵਾਜ਼ ਅਜੇ ਵੀ ਆਉਂਦੀ ਮਾੜੀ ਮਾੜੀ ਉਹ ਜਿੱਦਣ ਆਪਾਂ ਹੁਣ ਫਿਰ ਅੰਮ੍ਰਿਤਸਰ ਗਏ ਉਦੋਂ ਆਪਾਂ ਘਸਾਵਾਂਗੇ ਉਹਨੂੰ ਅੱਜ ਤੱਕ ਟਾਈਮ ਨਹੀਂ ਹੈਗਾ ਨਾ ਫਿਲਹਾਲ ਮੂਡ ਜਿਹਾ ਬੜਾ ਖਰਾਬ ਹੈ ਕਿਉਂਕਿ ਗੱਡੀ ਦੇ ਬਹੁਤ ਕੰਮ ਆ ਕਦੀ ਕੁਛ ਹੋ ਜਾਂਦਾ ਕਦੀ ਕੁਛ ਹੋ ਜਾਂਦਾ ਜਿੰਨੇ ਚਿੱਕੜ 'ਚ ਗੱਡੀ ਵਾੜੀ ਉਹ ਤੋਂ ਬਾਅਦ ਕੋਈ ਨਵੇਂ ਕੰਮ ਹੀ ਕੱਢੀ ਜਾ ਰਹੀ ਫਿਲਹਾਲ ਤੁਹਾਨੂੰ ਪਤਾ ਹੀ ਹੈ ਜਦੋਂ ਕੰਮ ਕਰਵਾ ਕੇ ਦੂਜਾ ਫਿਰ ਨਿਕਲਾਵੇ ਤਾਂ ਫਿਰ ਬੰਦੇ ਨੂੰ ਥੋੜ੍ਹਾ ਗੁੱਸਾ ਜਿਹਾ ਤਾਂ ਪਤਾ ਨਹੀਂ ਹੁਣ ਗੱਡੀ 'ਤੇ ਮੇਰਾ ਮਨ ਹੁੰਦਾ ਵੀ ਗੱਡੀ ਸੇਲ ਹੀ ਕਰਦਾ ਕੋਈ ਹੋਰ ਗੱਡੀ ਲੈ ਆਵਾਂ ਫਿਰ ਵੀ ਸੋਚਦੇ ਕੋਈ ਨਹੀਂ ਅੱਗੇ ਫਿਊਚਰ 'ਚ ਕੀ ਹੁੰਦਾ ਤਾਂ ਫਿਰ ਵੇਖਾਂਗੇ ਅਤੇ ਵਲੋਗ ਕਰਦੇ ਇੱਥੇ ਖਤਮ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਤਿ ਸ਼੍ਰੀ ਅਕਾਲ।